ਦਾ ਅਖਾੜਾ ਭਖਿਆ ਹੋਇਆ ਹੈ। ਸਾਰੇ ਉਮੀਦਵਾਰ ਆਪਣੀ ਆਪਣੀ ਕਿਸਮਤ ਅਜਮਾਉਣ ਦੇ ਲਈ ਮੈਦਾਨ ਵਿੱਚ ਆ ਗਏ। ਉੱਥੇ ਹੀ ਪਿੰਡ ਮਹਿਲ ਕਲਾ ਸੋਢੇ ਤੋਂ ਸਰਪੰਚੀ ਉਮੀਦਵਾਰ ਸਰਦਾਰ ਸਰਬਜੀਤ ਸਿੰਘ ਸ਼ੰਭੂ ਮੈਦਾਨ ਵਿੱਚ ਆਏ। ਸਰਦਾਰ ਸਾਹਿਬ, ਤੁਸੀਂ ਸਰਪੰਚੀ ਚੋਣ ਲੜ ਰਹੇ ਹੋ ਮਹਿਲ ਕਲਾ ਤੋਂ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਤੇ ਮੇਰਾ ਸਾਥ ਦੇਣ ਲਈ ਪੂਰਾ ਹੱਲਾਸ਼ੇਰੀ ਦਿੱਤੀ। ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸੋਸ਼ਲ ਵਰਕਰ ਦੇ ਕੰਮਾਂ ਵਿੱਚ ਹੀ ਕੱਢ ਦਿੱਤੀ। ਸਰਦਾਰ ਸਰਬਜੀਤ ਸਿੰਘ ਗਰੀਬਾਂ ਦੇ ਹਮਦਰਦ, ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਸੁਲਝੇ ਤੇ ਸਮਝਦਾਰ ਇਨਸਾਨ ਹਨ। ਤੇ ਉਸ ਤੋਂ ਬਾਅਦ ਮੈਂ ਜਿਵੇਂ ਪਹਿਲਾਂ ਦੀ ਤਰ੍ਹਾਂ ਕੰਮ ਕਰਦਾ ਆ ਰਿਹਾ, ਉਸੇ ਤਰ੍ਹਾਂ ਵੱਧ ਚੜ ਕੇ ਕੰਮ ਕਰਦਾ ਰਹਾਂਗਾ ਅਤੇ ਗਰੀਬ ਪਰਿਵਾਰਾਂ ਲਈ ਵੱਧ ਦਾਇਰਾ ਤੱਕ ਕਰ ਦੇਵਾਂਗਾ। ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿਊਂਗਾ। ਜਿਸ ਤਰ੍ਹਾਂ ਗਰੀਬ ਪਰਿਵਾਰ ਦੇ ਲੜਕਿਆਂ ਲਈ ਵੀ ਮੈਂ ਸ਼ਾਦੀਆਂ ਵਾਸਤੇ ਵੀ ਪਹਿਲਾਂ ਦਿਊਂਗਾ, ਆਪਦੀ ਜੇਬ ਦੇ ਵਿੱਚੋਂ ਮਦਦ ਕਰਦਾ ਰਹੂੰਗਾ ਜੀ। ਜੀ, ਤੁਸੀਂ ਪਹਿਲਾਂ ਵੀ ਸੋਸ਼ਲ ਵਰਕ ਕਰ ਰਹੇ ਹੋ ਕਿ ਆਪਣੇ ਤੁਸੀਂ ਜੀਵਨ ਦੌਰਾਨ ਕਿਹੜੇ ਕਿਹੜੇ ਕੰਮ ਤੁਸੀਂ ਸੋਸ਼ਲ ਤੇ ਕੀਤੇ? ਸੋਸ਼ਲ ਕੰਮ ਪਹਿਲਾਂ ਤਾਂ ਆਪਾਂ ਅਜੇ ਤੋਂ ਨਹੀਂ ਕੀਤੇ, ਮੈਂ ਭਜੂਠੇ ਮਾਰਦੇ ਤੇ ਗਰੀਬ ਪਰਿਵਾਰ ਦੇ ਲਈ ਲੜਕਿਆਂ ਲੋਕਾਂ ਦਾ ਇੰਤਜ਼ਾਮ ਕੀਤਾ ਜਾਂ ਜੋ ਰਸਤੇ ਖਰਾਬ ਸੀ ਉਹ ਬਣਵਾਏ ਕਹਿ ਕੇ, ਤੇ ਬਾਕੀ ਅੱਗੇ ਵਾਸਤੇ ਜੇ ਲੋਕ ਮੈਨੂੰ ਮਾਣ ਬਖਸ਼ਣਗੇ ਤਾਂ ਵੱਧ ਚੜ ਕੇ ਲੋਕਾਂ ਦਾ ਸਾਥ ਤੇ ਲੋਕਾਂ ਦੇ ਕੰਮ ਕਰਨ ਦਾ। ਹੈਲਥ ਦੀ ਗੱਲ ਕਰੀਏ, ਐਜੂਕੇਸ਼ਨ ਦੀ ਗੱਲ ਕਰੀਏ, ਉਹਨਾਂ ਪ੍ਰਤੀ ਆਪ ਦੀ ਕੀ ਸੋਚ ਹੈ? ਮੇਰੀ ਉਹਨਾਂ ਪੂਰੀ ਰਾਏ ਜੀ, ਚੰਗੀ ਤਰ੍ਹਾਂ ਵੀ ਚੰਗੀਆਂ ਸਹੂਲਤਾਂ ਮਿਲਣ ਬੱਚਿਆਂ ਨੂੰ ਤੇ ਚੰਗੇ ਡਾਕਟਰੀ ਸਹਾਇਤਾ ਮਿਲੇ, ਇਹਦਾ ਮੈਂ ਪੂਰਾ ਲੜਕੇ ਪਹਿਰਾ ਦਊਂਗਾ ਇਹਨਾਂ ਗੱਲਾਂ ਤੇ। ਹੁਣ ਨਗਰ ਵਾਸੀਆਂ ਨੂੰ ਕੀ ਅਪੀਲ ਕਰੋਗੇ? ਨਗਰ ਵਾਸੀਆਂ ਨੂੰ ਅਪੀਲ ਇਹੀ ਕਰਦਾ ਵੀ ਮੈਨੂੰ ਵੱਧ ਤੋਂ ਵੱਧ ਸਾਥ ਦੇਵੋ, ਵੱਡੀ ਡਿਗਰੀ ਨਾਲ ਜਿਤਾਓ ਤਾਂ ਕਿ ਆਪਾਂ ਪਿੰਡ ਦਾ ਵਿਕਾਸ ਕਰ ਸਕੀਏ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਿੰਡ ਵਾਲੇ ਇਸ ਵਾਰ ਮੈਨੂੰ ਸਰਪੰਚ ਚੁਣ ਲੈਣਗੇ ਤਾਂ ਮੈਂ ਪਿੰਡ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾਵਾਂਗਾ, ਹਰ ਇੱਕ ਸਹੂਲਤ ਪਿੰਡ ਵਿੱਚ ਉਪਲਬਧ ਕਰਾਵਾਂਗਾ। ਉੱਥੇ ਹੀ ਪਿੰਡ ਵਾਸੀਆਂ ਦਾ ਇਹਨਾਂ ਨੂੰ ਪੂਰਾ ਸਹਿਯੋਗ ਹੈ। ਕੀ ਨਾਮ ਆਪਣਾ ਜੀ? ਪਰਮਜੀਤ ਸਿੰਘ। ਸਰਦਾਰ ਸਰਬਜੀਤ ਸਿੰਘ ਸ਼ੰਭੂ ਜੀ ਇਲੈਕਸ਼ਨ ਸਰਪੰਚੀ ਚੋਣ ਲੜ ਰਹੇ ਨੇ, ਤੁਸੀਂ ਉਹਨਾਂ ਸਮਰਥਕ ਨੂੰ ਕੀ ਕਹਿਣਾ ਚਾਹੋਗੇ? ਅਸੀਂ ਤਾਂ ਜੀ ਦੇਖੋ ਸਮਰਥਕ ਤਾਂ ਇਸ ਲਈ ਆ, ਇਹਨਾਂ ਨੇ ਸਰਪੰਚੀ ਤੋਂ ਬਿਨਾਂ ਕੰਮ ਕੀਤੇ ਨੇ ਪਿੰਡ ਦੇ, ਜਦੋਂ ਇਹਨਾਂ ਕੋਲ ਕੋਈ ਅਹੁਦਾ ਵੀ ਨਹੀਂ ਸੀ ਉਦੋਂ ਇੰਨੇ ਕੰਮ ਕੀਤੇ ਨੇ, ਗਰੀਬਾਂ ਦੇ ਹਾਮੀ ਬਣ ਕੇ ਖੜੇ ਆ, ਅਸੀਂ ਤਾਂ ਹੀ ਇਹਨਾਂ ਦੇ ਨਾਲ ਆ ਤੇ ਸਾਨੂੰ ਇਹ ਵੀ ਆ ਵੀ ਜਿੱਤ ਵੀ ਯਕੀਨੀ ਹੋਜੂਗੀ। ਤੁਸੀਂ ਕੰਮਾਂ ਦੀ ਗੱਲ ਕਰ ਰਹੇ ਹੋ, ਕਿਹੜੇ ਕਿਹੜੇ ਪਿੰਡ ਨੇ ਇਹਨਾਂ ਨੇ ਜਿਹੜੇ ਮੇਨ ਕੰਮ ਕੀਤੇ ਨੇ? ਪਿੰਡ ਦੇ ਕੰਮ ਜੀ ਜਿਵੇਂ ਗਰੀਬਾਂ ਨੂੰ ਮੋਟਰਾਂ ਹੋ ਗਈਆਂ ਬਿਨਾਂ ਸਰਪੰਚੀ ਤੋਂ ਕਰਕੇ ਦਿੱਤੇ ਨੇ। ਸਾਡੇ ਪਿੰਡ ਦਾ ਰਾਹ ਸੀਗਾ ਮੇਨ ਜਿਹੜਾ ਨਾਨਕਸਰ ਨੂੰ ਆਉਂਦਾ ਤੇ ਉੱਥੇ ਪਾਰਕ ਵੀ ਪੈਂਦਾ ਬਾਬਾ ਜੰਗ ਸਿੰਘ, ਉੱਥੇ ਇਹਨਾਂ ਨੇ ਸਾਰੀ ਲੋਕ ਐਕਟ ਜਿਹੜੀ ਪਹਿਲਾਂ ਸਰਪੰਚ ਤੋਂ ਕੰਮ ਹੋਏ ਨੀ ਉਹ ਇਹਨਾਂ ਨੇ ਬਿਨਾਂ ਸਰਪੰਚੀ ਤੋਂ ਕੰਮ ਕੀਤੇ ਨੇ। ਤੇ ਬਾਕੀ ਹੋਰ ਜਿੱਥੇ ਵੀ ਜਾਂਦੇ ਨੇ ਗਰੀਬਾਂ ਦੇ ਵਿਆਹ ਸ਼ਾਦੀ ਚ ਜਾਂ ਹੋਰ ਗਰੀਬਾਂ ਦੀ ਹਾਮੀ ਨੇ ਹਰ ਤਰ੍ਹਾਂ ਗਾਹਾਂ ਨੂੰ ਵੀ ਸਾਨੂੰ ਇਹਨਾਂ ਤੋਂ ਆਸ ਆ ਵੀ ਇਹ ਵੱਡੀ ਪੱਧਰ ਤੇ ਜਿਹੜੇ ਕੰਮ ਆ ਉਹ ਕਰਨਗੇ ਤਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਤੇ ਬਾਕੀ ਸਾਨੂੰ ਇਹ ਵੀ ਯਕੀਨ ਆ ਵੀ ਪਰਮਾਤਮਾ ਇੱਕ ਜਿੱਤ ਵੀ ਕਰਾਊਗਾ। ਤੁਸੀਂ ਕੰਮਾਂ ਦੀ ਗੱਲ ਕਰ ਰਹੇ ਹੋ, ਕੋਈ ਰਾਜਨੀਤਿਕ ਬੰਦੇ ਨੇ ਕੋਈ ਖੰਡਾ ਚੁੱਕ ਕੀਤਾ ਗਿਆ ਆਪਣੇ ਸੋਸ਼ਲ ਕੰਮਾਂ ਦੇ ਵਿੱਚ? ਆਪਦੇ ਸੋਸ਼ਲ ਜੇਬ ਚੋਂ ਵੀ ਕੀਤੇ ਨੇ ਤੇ ਸਰਕਾਰੀ ਪੈਸਾ ਵੀ ਜਿਹੜਾ ਪੁਰਾਣੇ ਸਰਪੰਚ ਕੋਲ ਪਿਆ ਰਹਿ ਗਿਆ ਸੀ ਉਹ ਵੀ ਇਹਨਾਂ ਨੇ ਮਤਲਬ ਚਾਹੇ ਵੀਡੀਓ ਦੀ ਸਹਿਮਤੀ ਜਦੋਂ ਪੰਚਾਇਤਾਂ ਭੰਗ ਹੋ ਗਈਆਂ ਉਦੋਂ ਜਾਣੀ ਕਿ ਚਾਹੇ ਵੀਡੀਓ ਨੇ ਕਰਵਾਏ ਕੰਮ, ਉਹ ਉੱਥੇ ਟਰੈਕਟਰ ਸਰਬਜੀਤ ਸਿੰਘ ਦਾ ਹੁੰਦਾ ਸੀ, ਜੋ ਵੀ ਕੰਮ ਹੁੰਦਾ ਸੀ ਇਹ ਮੇਨ ਮੂਹਰੇ ਹੋ ਕੇ ਕਰਦੇ ਸੀ ਤਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜੀ। ਮੈਂਬਰ ਸਾਹਿਬ, ਸਰਦਾਰ ਸਰਬਜੀਤ ਸਿੰਘ ਸ਼ੰਭੂ ਇਲੈਕਸ਼ਨ ਲੜ ਰਹੇ ਨੇ, ਕੀ ਕਹਿਣਾ ਚਾਹੋਗੇ? ਇਹ ਜੀ ਬਹੁਤ ਵਧੀਆ ਨਿਸ਼ਾਨ ਨੇ, ਆਮ ਬੰਦਿਆਂ ਦੇ ਵਿੱਚ ਵਿਚਰਨ ਵਾਲੇ ਨੇ ਤੇ ਨੂੰਹਾਂ ਧੀਆਂ ਦੇ ਜੋ ਵੀ ਰੌਲੇ ਹੁੰਦੇ ਨੇ ਚਾਰ ਬੰਦਿਆਂ ਚ ਬੈਠਣ ਯੋਗ ਨੇ ਬੰਦੇ ਜੀ। ਦੂਜੀ ਗੱਲ ਆ ਇਹ ਵਰਸ਼ਾ ਇੱਕ ਬੰਦੇ ਨੇ ਜੀ। ਤੁਸੀਂ ਕਿਹੋ ਜਿਹਾ ਪਰਿਵਾਰ ਆ, ਕਿਹੋ ਜਿਹਾ ਰਵੱਈਆ ਤੇ ਕਿਹੋ ਜਿਹਾ ਇਹਨਾਂ ਦਾ ਸਹਿਜਚਾਰਾ ਪਿੰਡ ਦੇ? ਪਰਿਵਾਰ ਬਹੁਤ ਚੰਗਾ ਜੀ ਜੀ। ਪਹਿਲਾ ਪੁਆਇੰਟ ਜੀ ਇਹ, ਜੋ ਸਰਪੰਚੀ ਇਲੈਕਸ਼ਨ ਜੇ ਜਿੱਤਦੇ ਨੇ ਤਾਂ ਇਹਨਾਂ ਦੇ ਵਚਨ ਨੇ ਵੀ ਸਾਡਾ ਰਾਤ ਨੂੰ 12 ਵਜੇ ਤੱਕ ਗੇਟ ਖੁੱਲ੍ਹਾ ਰਹੂਗਾ ਜੀ। ਦੂਜਾ ਪੁਆਇੰਟ ਜੀ ਇਹਨਾਂ ਦਾ, ਸਾਡੇ ਪੰਚਾਇਤ ਜੋ ਪਹਿਲਾਂ ਬਣੀ ਹੋਈ ਸੀ ਉਸਨੇ ਜੋ ਵੀ ਸਾਡੇ ਮਹਿਲਕਲਾਂ ਦੀ ਜ਼ਮੀਨ ਠੇਕੇ ਦਿੱਤੀ ਉਹ ਆਪ ਲੈ ਕੇ ਆਪਦੇ ਸਮਰਥਕਾਂ ਨੂੰ ਲੈ ਕੇ ਠੀਕਰੀਵਾਲ ਪਿੰਡ ਦੇ ਬੰਦੇ ਬਾਹਰ ਨੇ ਜੀ। ਪਹਿਲਾ ਪੁਆਇੰਟ ਜੀ ਇਹ, ਜੋ ਜ਼ਮੀਨ ਠੇਕੇ ਦੇ ਚੜੂਗੀ ਉਹਨੂੰ ਪਿੰਡ ਦਾ ਹੀ ਬੰਦਾ ਵਾਹੂਗਾ ਜੀ। ਉਹ ਰੇਟ ਘੱਟ ਹੋਏ ਵੱਧ ਹੋਏ ਉਹ ਬੋਲੀ ਤੇ ਜਾਣੀ ਹੈ। ਮਤਾ ਪਾਇਆ ਗਿਆ ਜੀ? ਨਾ ਜੀ, ਇਹ ਨਾ ਜੀ ਸੋਚ ਹੈ, ਸੋਚ ਹੈ ਜੀ। ਮਤਾ ਤਾਂ ਪੈਣਾ ਜੀ ਪੰਚਾਇਤ ਬਣੀ ਤੋਂ ਬਾਅਦ ਚ ਜੀ, ਪਹਿਲੀ ਸੋਚ ਹੈ ਜੀ। ਦੂਜੀ ਸੋਚ ਸਾਡੇ ਜੰਗ ਸਿੰਘ ਸ਼ਹੀਦ ਸੰਤ ਬਾਬਾ ਜੰਗ ਸਿੰਘ ਜੀ ਦਾ ਜੋ ਪਾਰਕ ਬਣਿਆ ਹੈ ਉਹਨਾਂ ਦੀ ਸਾਲ ਬਾਅਦ ਅਸੀਂ ਵਰਸੀ ਮਨਾਉਂਦੇ ਹਾਂ, ਉਹਨੂੰ ਅਸੀਂ ਵੱਡੀ ਪੱਧਰ ਤੇ ਮਨਾਵਾਂਗੇ ਜੀ। ਉਹ ਲੋਕਾਂ ਦੇ ਵਿੱਚ ਦੂਰੋਂ ਦੂਰੋਂ ਪਿੰਡ ਦੇ ਵਿੱਚੋਂ ਸੰਗਤ ਆਇਆ ਕਰੂਗੀ ਜੀ। ਉਹਦੇ ਸੰਤਾਂ ਦੀ ਸ਼ਹੀਦੀ ਨੂੰ ਅਸੀਂ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਜੀ। ਜੇ ਆਪਾਂ ਗੱਲ ਕਰੀਏ ਨੌਜਵਾਨ ਦੀ, ਨੌਜਵਾਨ ਦੇ ਲਈ ਕਹਿੰਦੇ ਵੀ ਜਿਹੜਾ ਨੌਜਵਾਨ ਆ ਇੱਕ ਪੰਜਾਬ ਦੀ ਸ਼ਾਨ ਹੈ, ਤੇ ਉਹਨਾਂ ਦੀ ਸਿਹਤ ਪ੍ਰਤੀ ਜਾਂ ਹੋਰ ਉਹਨਾਂ ਦੇ ਆਪਣੇ ਕੋਈ ਗੇਮਸ ਖੇਡੀ ਕੋਈ ਕੋਈ ਸਟੇਡੀਅਮ ਵਗੈਰਾ ਜਾਂ ਕੋਈ ਇਹਨਾਂ ਦੀ ਸੋਚ ਪ੍ਰਤੀ? ਹਾਂਜੀ, ਨੌਜਵਾਨਾਂ ਨੂੰ ਜੋ ਖੇਡਾਂ ਦੇ ਵਿੱਚ ਰੁਚੀ ਆ ਉਹਨਾਂ ਦਾ ਅਸੀਂ
हर पांच साल तक साथ देव जी, जो भी उन्होंने लोड हो उन्होंने नाल साथ नाल चलना जी। अजकल बड़ी प्रॉब्लम चल रही है, आप जो हेल्थ नूं लै गल करिए, कोई हेल्थ बारे तुहाडी कोई गल होई जी सरपंच दे बाद जो उन्होंने कोई कोई नवा कोई उपराला कर पाया? हेल्थ देखो जी, साडे सरकारी हॉस्पिटल सरकार वल्लों बहुत वधिया डॉक्टर आए हुए ने, जो जिवें रात नूं किसे नूं कोई प्रॉब्लम आ असीं पहल दे आधार ते आपदी गड्डी आपदे कोलों जो भी खर्चा हो मुढ़ली सहायता दे के लोकां दे नाल चलांगे पंज साल।